ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਜੋ ਵਿਦਿਆਰਥੀ ਚੋਣਾਂ ਹੋਈਆਂ ਉਸ ਦੇ ਨਤੀਜੇ ਐਲਾਨ ਦਿੱਤੇ ਗਏ ਨੇ ਤਾਂ ਇਸ ਨਤੀਜਿਆਂ ਦੇ ਵਿੱਚ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਨੇ ਜਿੱਤ ਹਾਸਲ ਕੀਤੀ ਹੈ ਜਦਕਿ ਦੂਸਰੇ ਨੰਬਰ ਤੇ ਆਮ ਆਦਮੀ ਪਾਰਟੀ ਦੀ ਜੋ ਸਟੂਡੈਂਟ ਵਿੰਗ ਹੈ ਸੀਵਾਈਐਸਐਸ ਇਸ ਨੇ ਬਾਜ਼ੀ ਮਾਰੀ ਹੈ ਸੀਵਾਈਐਸਐਸ ਜਾਨੀ ਕਿ ਛਾਤ੍ਰ ਯੁਵਾ ਸੰਘਰਸ਼ ਸਮਿਤੀ ਇਸ ਦੇ ਜਿਹੜਾ ਉਮੀਦਵਾਰ ਸੀ ਇਹ ਦੂਸਰੇ ਨੰਬਰ ਤੇ ਹੈ ਤੀਸਰੇ ਨੰਬਰ ਦੇ ਉੱਪਰ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਪਹੁੰਚੀ ਹੈ ਤੇ ਚੌਥੇ ਨੰਬਰ ਤੇ ਐਨਐਸਯੂਆਈ ਰਹੀ ਹੈ ਐਨਐਸਯੂਆਈ ਦਾ ਸਭ ਤੋਂ ਬੁਰਾ ਹਾਲ ਇਸ ਚੋਨਾ ਦੇ ਵਿੱਚ ਰਿਹਾ ਤੇ ਜੇਕਰ ਮੈਂ ਵੋਟਾਂ ਦੀ ਗਿਣਤੀ ਕਰਾਂ ਤਾਂ ਆਜ਼ਾਦ ਉਮੀਦਵਾਰ ਅਨੁਰਾਗ ਦਲਾਲ ਨੂੰ 3434 ਵੋਟਾਂ ਪਈਆਂ ਜਨ ਕਿ 3434 ਵੋਟਾਂ ਪਈਆਂ ਨੇ ਅਨੁਰਾਗ ਦਲਾਲ ਨੂੰ ਤੇ ਇਨ੍ਹਾਂ ਵੋਟਾਂ ਹਾਸਲ ਕਰਕੇ ਇਹ ਪਹਿਲੇ ਨੰਬਰ ਤੇ ਆਏ ਨੇ ਇਸ ਤੋਂ ਬਾਅਦ ਸੀਵਾਈਐਸਐਸ ਦੇ ਪ੍ਰਿੰਸ ਚੌਧਰੀ ਨੂੰ 3129 ਵੋਟਾਂ ਮਿਲੀਆਂ ਮਹਿਜ਼ ਥੋੜਾ ਹੀ ਫਰਕ ਸੀ ਟੱਕਰ ਇਨ੍ਹਾਂ ਦੀ ਸ਼ੁਰੂ ਤੋਂ ਹੀ ਚੱਲ ਰਹੀ ਸੀ ਆਮ ਆਦਮੀ ਪਾਰਟੀ ਤੇ ਆਜ਼ਾਦ ਉਮੀਦਵਾਰ ਦੇ ਵਿਚਾਲੇ ਵੋਟਾਂ ਦੀ ਗਿਣਤੀ ਦੇ ਦੌਰਾਨ ਟੱਕਰ ਲਗਾਤਾਰ ਬਣੀ ਰਹੀ ਸੀ ਪਰ ਆਜ਼ਾਦ ਉਮੀਦਵਾਰ ਹਰੇਕ ਕਾਊਂਟਿੰਗ ਦੇ ਵਿੱਚ ਅੱਗੇ ਹੀ ਚੱਲ ਰਹੇ ਸਨ ਇਸ ਕਰਕੇ ਪਹਿਲੇ ਨੰਬਰ ਤੇ ਉੱਪਰ ਬਰਕਰਾਰ ਰਹੇ ਨੇ ਤੇ ਇਸ ਤੋਂ ਬਾਅਦ ਦੂਸਰੇ ਤੀਸਰੇ ਨੰਬਰ ਦੇ ਉੱਪਰ ਜੋ এবੀ ਵੀਪੀ ਦੀ ਆਈ ਹੈ ਅਰਪੀਤਾ ਮੱਲਿਕ ਇਹਨਾਂ ਨੂੰ 1114 ਵੋਟਾਂ ਮਿਲੀਆਂ ਨੇ ਯਾਨਕੀ 1114 ਵੋਟਾਂ ਇਹਨਾਂ ਦੇ ਹਿੱਸੇ ਆਈਆਂ ਤੇ ਐਨਐਸਯੂਆਈ ਦੇ ਰਾਹੁਲ ਨੈਣ ਨੂੰ 497 ਵੋਟਾਂ ਮਿਲੀਆਂ ਨੇ ਤਾਂ ਹੁਣ ਜਿਹੜੇ ਪਹਿਲੇ ਨੰਬਰ ਦੇ ਆਏ ਹੈ ਅ ਅਨੁਰਾਗ ਦਲਾਲ ਇਹ ਕੌਣ ਹੈ ਕਿੱਥੋਂ ਦੇ ਹੈਗੇ ਆ ਔਰ ਇਹ ਕੀ ਇਹਨਾਂ ਦਾ ਸਿਆਸੀ ਕਰੀਅਰ ਹੈ ਅਨੁਰਾਗ ਦਲਾਲ ਨੇ ਇਸ ਬਾਰੇ ਜਾਣਕਾਰੀ ਦਿੱਤੀ ਉਹਨਾਂ ਇਹਨਾਂ ਦਾ ਕੋਈ ਵੀ ਸਿਆਸੀ ਪਰਿਵਾਰਕ ਰਾਜਨੀਤਿਕ ਨਾਲ ਕੋਈ ਵੀ ਸਬੰਧ ਨਹੀਂ ਹੈ ਇਹਨਾਂ ਦਾ ਪਰਿਵਾਰ ਦਾ ਪਰਿਵਾਰ ਦੇ ਵਿੱਚ ਮਾਤਾ ਪਿਤਾ ਦੋਵੇਂ ਅਧਿਆਪਕ ਨੇ ਜਦਕਿ ਆਪ ਡਾਕਟਰ ਹੈ ਅਨੁਰਾਗ ਦਲਾਲ ਜਿਹੜਾ ਪੀ ਐਚ ਡੀ ਕਰ ਰਿਹਾ ਹੈ ਤੇ ਉਹ ਹਰਿਆਣਾ ਦੇ ਰੋहतक ਦੇ ਰਹਿਣ ਵਾਲੇ ਨੇ ਇਸ ਤੋਂ ਬਾਅਦ ਉਹਨਾਂ ਦਾ ਪਿੰਡ ਹੈਗਾ ਲਖਣ ਇਸ ਦੇ ਵਿੱਚ ਉਹ ਰਹਿੰਦੇ ਨੇ ਤੇ ਉਸ ਤੋਂ ਬਾਅਦ ਉਹਨੇ ਦੱਸਿਆ ਕਿ ਮੈਂ ਵਿਦਿਆਰਥੀਆਂ ਦੇ ਹੱਕ ਦੇ ਵਿੱਚ ਹੀ ਸਾਰੇ ਹੁਣ ਫੈਸਲੇ ਜਿਹੜੇ ਆ ਉਹ ਲਵਾਂਗਾ ਕਿਸੇ ਦਾ ਪੱਖ ਜਿਹੜਾ ਇੱਕ ਸਾਈਡ ਨਹੀਂ ਰੱਖਾਂਗਾ ਬਰਾਬਰ ਰੱਖਾਂਗਾ ਜਿਹੜੇ ਮੇਰੇ ਐਨਟੀਵੀ ਸੀ ਉਹਨਾਂ ਦਾ ਵੀ ਪੱਖ ਮੈਂ ਬਰਾਬਰ ਰੱਖਾਂਗਾ ਫਿਲਹਾਲ ਉਹਨਾਂ ਨੇ ਕਿਹਾ ਕਿ ਮੈਂ ਕਿਸ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਇਸ ਬਾਰੇ ਮੈਂ ਨਹੀਂ ਦੱਸ ਸਕਦਾ ਪਰ ਫਿਲਹਾਲ ਮੇਰਾ ਹਲੇ ਤੱਕ ਕੋਈ ਵੀ ਇਰਾਦਾ ਨਹੀਂ ਹੈ ਉਹਨਾਂ ਨੇ ਕਿਹਾ ਪਰ ਇੱਥੇ ਉਹਨਾਂ ਨੇ ਐਨਐਸਯੂਆਈ ਦੇ ਚੰਡੀਗੜ੍ਹ ਦੇ ਪ੍ਰਧਾਨ ਜੋ ਅਹੁਦਾ ਛੱਡ ਕੇ ਪ੍ਰਧਾਨ ਦਾ ਅਹੁਦਾ ਛੱਡ ਗਏ ਸਨ ਸਿਕੰਦਰਪੂਰਾ ਇਹਨਾਂ ਦਾ ਜ਼ਰੂਰ ਧੰਨਵਾਦ ਕੀਤਾ ਐਨਐਸਯੂਆਈ ਚੰਡੀਗੜ੍ਹ ਦੇ ਪ੍ਰਧਾਨ ਦਾ ਅਹੁਦਾ ਜਿਹੜਾ ਨੇ ਛੱਡਿਆ ਇਹਨਾਂ ਦਾ ਜ਼ਰੂਰ ਧੰਨਵਾਦ ਕੀਤਾ ਤੇ ਹੁਣ ਚੰਡੀਗੜ੍ਹ ਦੇ ਵਿੱਚ ਜੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਚੋਣ ਨਤੀਜੇ ਸੀ ਉਸ ਦਾ ਐਲਾਨ ਕਰ ਦਿੱਤਾ ਗਿਆ ਵਿਦਿਆਰਥੀ ਵਿਦਿਆਰਥੀ ਚੋਣਾਂ ਹੋਈਆਂ ਅਨੁਰਾਗ ਦਲਾਲ ਪਹਿਲੇ ਨੰਬਰ ਤੇ ਆਏ ਹੈ 3434 ਵੋਟਾਂ ਹਾਸਲ ਕੀਤੀਆਂ ਸੀਵਾਈਐਸਐਸ ਦੇ ਪ੍ਰਿੰਸ ਚੌਧਰੀ ਇਹ ਦੂਸਰੇ ਨੰਬਰ ਤੇ ਆਏ ਆ ਇਹਨਾਂ ਨੂੰ 3129 ਵੋਟਾਂ ਮਿਲੀਆਂ ਤੇ ਇਸੇ ਤਰ੍ਹਾਂ এবੀਵੀਪੀ ਦੀ ਅਰਪੀਤਾ ਮੱਲਿਕ ਤੀਸਰੇ ਨੰਬਰ ਤੇ ਆਈ ਹੈ ਇਹਨਾਂ ਨੂੰ 1114 ਵੋਟਾਂ ਮਿਲੀਆਂ ਨੇ ਐਨਐਸਯੂਆਈ ਇਹ ਕਾਂਗਰਸ ਦੀ ਵਿੰਗ ਹੈਗੀ ਹੈ ਇੱਥੇ ਰਾਹੁਲ ਨੈਣ ਨੂੰ 497 ਵੋਟਾਂ ਮਿਲੀਆਂ ਸੋਈ ਅਕਾਲੀ ਦਲ ਦੀ ਜਿਹੜੀ ਹੈ ਉਸ ਇਸ ਰੇਸ ਦੇ ਵਿੱਚ ਉਹ ਦਿਖਾਈ ਨਹੀਂ ਦਿੱਤੀ ਤਾਂ ਪਹਿਲੇ ਚਾਰ ਜਿਹੜੇ ਸਥਾਨ ਹੈ ਮੈਂ ਤੁਹਾਨੂੰ ਦੱਸਿਆ ਹੈ ਪਹਿਲੇ ਨੰਬਰ ਦੇ ਉੱਪਰ ਆਜ਼ਾਦ ਉਮੀਦਵਾਰ ਚੌਣ ਜਿੱਤ ਕੇ ਪੀਯੂ ਚੰਡੀਗੜ੍ਹ ਦੀਆਂ ਚੋਣਾਂ ਵਿਦਿਆਰਥੀ ਚੋਣਾਂ ਜਿਹੜੀਆਂ ਹੈ ਉਹ ਆਜ਼ਾਦ ਉਮੀਦਵਾਰ ਨੇ ਜਿੱਤ ਲੀਆਂ ਹੈ